ਸਾਹਮਣਾ ਪੈਂਦਾ ਸੀ। ਹੜ ਗਿਆ ਕੰਮ, ਭੱਲੇ 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 ਅਸਲੀ ਜੰਗ ਘਲਾੜੇ ਅੰਦਰ ਤੋਂ ਨਹੀਂ ਗਿਆ ਹਮੇ ਮਾਮੇ ਸ਼ਾਮੀ ਸਾੜੀ ਜਾਵੇ ਸੇ ਪਾਸ ਮਖਾ ਕਈ ਸਾ ਕਈ ਨਾਲ ਮੇਰੇ ਭਾਈ ਕੇ ਕਈ ਨਾਲ ਮੇਰੇ ਖੇ ਕੇ ਸਾਲੇ ਚਾਚਾ ਜੀ ਆਉਣ ਕਿ ਸਾਲਾ ਉੱਥੇ ਜਿੱਤਣ ਦਾ ਸਵਾਦ ਵਾਲਾ ਹੁੰਦਾ ਜਿੱਥੇ ਤੁਹਾਡੇ ਆਪ ਤੇ ਦੀਕ ਰਹੇ ਹੋਣ ਕਿ ਸਾਡਾ ਬੰਦਾ ਹਾਰ ਜੀ ਕਿਉਂਕਿ ਹੱਡ ਭੰਨਣ ਜੋਡਾ ਸਵਾਦ ਕਿੱਥੇ ਜਿਹੜਾ ਮੈਂ ਦਾ ਯਾਰ ਆਖਣਾ ਭੰਨ ਜੀ ਆਉਣੀ ਸੀ ਕੀ ਆ ਗਈ ਬਸ ਮਿੱਠੀ ਏ ਨਾ ਹੋ ਰਿਹਾ ਆਉਣ ਦਿੰਦਾ ਬਾਰੀਆਂ ਜਿਹੜਾ ਦਿਲੋਂ ਸੱਟ ਰੋਂਗੇ ਉਹਨੂੰ ਕੌਣ ਕਰੇ ਰੋਂਗ ਕਦੇ ਛੱਲਾਂ ਇੰਸਟਾਗ੍ਰਾਮ ਦੇ ਉੱਪਰ ਕਹਿੰਦੇ ਇੱਕ ਮੁੰਡਾ ਜਿਹੜਾ ਛਾਇਆ ਹੋਇਆ ਟ੍ਰੈਂਡਿੰਗ ਦੇ ਵਿੱਚ ਚੱਲਦਾ ਹੈ ਉਹ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਆਇਆ ਹੋਇਆ ਸਾਲਾ ਫੋਰਚੂਨਰ ਵਰਗਾ ਟਰੈਕਟਰ ਹੈ 855 ਹੁਣ ਤਾਂ ਨਜ਼ਾਰਾ ਲੈਣਾ ਸੀ ਨਵਾਂ ਕਢਾਇਆ ਸੀ ਕੋਈ ਨੀ ਥੋੜੀ ਪਾਵਾਂਗੇ ਤੇਰਾ ਏਡਾ ਲੈਵਲ ਨੀ ਹਜੇ ਤੂੰ ਘੋੜਿਆਂ ਦੀ ਰੇਸ ਚ ਆਉਣ ਨੀ ਲੱਗਿਆ ਖੱਚਰਾ ਕਹਿੰਦੇ ਮੋਤੀਆਂ ਦੇ ਖੱਚਰਾਂ ਤੇ ਜੱਚਦੇ ਨੀ ਹੁੰਦੇ ਘੋੜੇ ਜੰਗਾਂ ਵਾਲੇ ਮੇਲਿਆਂ ਤੇ ਨੱਚਦੇ ਨੀ ਬੰਦਾ ਰੇਂਜ ਰੋਵਰ ਤੇ ਬੈਠਾ ਹੁੰਦਾ ਅੱਛਾ ਤੇ ਦੇਖਦਾ ਇਹਦੇ ਵੱਲ ਹੁੰਦਾ ਉਹ ਬਾਈਆ ਜਿੰਨੀ ਸੰਗਤ ਹੈ ਉਹ ਚੱਕ ਦੀ ਹਲੇ ਤੀਰ ਕਮਾਨ ਚ ਹਲੇ ਯਾਰ ਮੈਦਾਨ ਚ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਕੁਝ ਵੀ ਖਾਲੀ ਚੱਲ ਨੀ ਲਲਕਾਰਾ।